रात में गाइज क्या हालत ठीक है उम्मीद है, है, करते हैं कि आप सब ठीक होंगे आप मेरा यूट्यूब का चैनल देख रहे हैं रहमान अफिशल मेरे चैनल को सब्सक्राइब करें लाइक करें और आगे शेयर करें और फिर आज का मज़ेदार भी लोग करते हैं स्टार्ट माशा जरा अपना काम सी करने वाला भर्ती वगैरह का जिन्ना भी सी वो सारा अलहमदुल्ला कम्प्लीट हो गया आ सैड हो गई है थोड़ी जिनी भी क्योंकि आज ਮਿੱਟੀ ਚੁਕਵਾ ਕੇ ਆਪਣੀ ਅੰਦਰਲੀ ਸਾਈਡ ਤੇ ਸਟਾਈਏ ਸੇਨ ਦੇ ਵਿੱਚ ਸੇਨ ਕਿਉਂਕਿ ਨੀਵਾ ਸੀ ਫਿਰ ਉਸ ਤੋਂ ਬਾਅਦ ਟਰਾਲੀਆਂ ਹੋਰ ਸਟਾਲੀਆਂ ਨੇ ਇਹ ਖੱਡਾ ਪੂਰਾ ਕਰਨੇ ਵਾਸਤੇ ਫਿਰ ਇਨਸ਼ਾਅੱਲਾ ਤਾਲਾ ਸੂਬਾ ਨੂੰ ਕਰਾ ਪਾ ਕੇ ਤੇ ਆਪਣੀ ਆ ਜਿਹੜੀ ਸਾਰੀ ਪੂਰੀ ਕਰਾਂਗੇ ਉਸ ਤੋਂ ਬਾਅਦ ਆ ਜਿਹੜੀ ਮਿੱਟੀ ਸਾਰੀ ਖਿਲਰੀ ਹੈ ਇਹਨੂੰ ਐਵੇਂ ਅੱਗੇ ਨੂੰ ਕਰਕੇ ਇਹ ਨੁਕਰ ਜਿਹੜੀ ਪੂਰੀ ਆਪਣੀ ਕਲੀਅਰ ਬਣਾਵਾਂਗੇ ਕਿਉਂਕਿ ਆ ਜਿਹੜੀ ਨੁਕਰ ਹੈ ਨਿਕ ਨੁਕਰ ਕਾਫੀ ਨੀਵੀਂ ਹੈ ਅਗਰ ਨੁਕਰ ਨੀਵੀਂ ਰਹੀ ਤੇ ਫਿਰ ਅਗਰ ਕਾਲ ਨੂੰ ਮਕਾਨ ਬਣਾਏ ਬੰਦਾ ਨਵਾਂ ਘਰ ਬਣਾਏ ਤੇ ਉਹਦੇ ਨੁਕਰ ਨੀਵੇਂ ਰਾਜੇਗੀ ਫਿਰ ਨੁਕਰ ਦੇ ਨਾਲੋਂ ਮਿੱਟੀ ਥਲੇ ਗਿਰ ਜਾਏਗੀ ਤੇ ਫਿਰ ਨੁਕਸਾਨ ਹੋ ਸਕਦਾ ਇਸ ਵੇਲੇ ਤੇ ਸਾਰੀ ਮਿੱਟੀ ਨਾਲ ਲਾਣੀ ਪੈਂਦੀ ਹੈ ਜਿਹੜਾ ਮਾਸ਼ਾਅੱਲਾ ਉਧਰਲਾ ਕੰਮ ਸੀ ਸਾਰਾ ਕੰਪਲੀਟ ਹੋ ਗਿਆ ਤੇ ਇਹ ਜਗ੍ਹਾ ਰਹਿ ਗਈ ਖਲੋ ਜਾ ਖਲੋ ਜਾ ਪਿੱਛੇ ਪਿੱਛੇ ਕਿੱਧਰ ਚਲਾ ਜਿਹੜੀ ਮਾਸ਼ਾਅੱਲਾ ਹਵੇਲੀ ਦੇ ਵਿੱਚ ਮਿੱਟੀ ਪਾਣੀ ਸੀ ਸਾਰੀ ਕੰਪਲੀਟ ਕਰ ਲਈਏ ਹੋਣ ਇਟਾ ਵੀ ਆਪਣੀਆਂ ਪੂਰੀਆਂ ਹੋ ਗਈਆਂ ਨੇ ਹੁਣ ਇਨਸ਼ਾਅੱਲਾ ਤਾਲਾ ਸਵੇਰ ਨੂੰ ਮਿਸਤਰੀ ਆਏਗਾ ਆ ਕੇ ਆਪਣੇ ਕੰਮ ਦਾ ਵਿਜ਼ਿਟ ਕਰੇਗਾ ਫਿਰ ਇਨਸ਼ਾਅੱਲਾ ਉਹਨੂੰ ਠੇਕਾ ਦੇਾਂਗੇ ਆਇਆ ਚੱਲੀਏ ਆਜਾ ਚੱਲੀਏ ਇਹਨੂੰ ਲੈ ਕੇ ਜਾਣੇ ਆ ਫੜਾ ਕੇ ਲਿਉਨੇ ਆ ਕਿਉਂਕਿ ਸਾਰਾ ਦਿਨ ਬੱਜਾ ਹੁੰਦਾ ਇਹਨੂੰ ਇਸ ਟਾਈਮ ਖੋਲੀਦਾ ਥੋੜੀ ਦੇਰ ਕੋ ਹਮ ਫਿਰ ਹੁੰਦਾ ਕਿਉਂਕਿ ਐਸੇ ਛੋਟੇ ਛੋਟੇ ਕੁੱਤੇ ਇਥੇ ਫਿਰਦੇ ਨੇ ਉਹਨਾਂ ਨੂੰ ਪੈ ਜਾਂਦਾ ਫਿਰ ਉਹਨਾਂ ਨੂੰ ਵੱਢਦਾ ਅਸਟਮ ਠੰਡਾ ਮੌਸਮ ਹੁੰਦਾ ਤਾਂ ਬੜੇ ਮਜ਼ੇ ਦੇ ਨਾਲ ਘੁੰਮਦਾ ਫਿਰਦਾ ਛੱਡ ਦੇ ਨੇ ਆਈ ਨੂੰ ਆਪ ਹੀ ਘੁੰਮੇ ਫਿਰੇ ਆਇਆ ਇਧਰ ਆ ਜਾ ਸ਼ਾਬਾਸ਼ ਆ ਜਾ ਇਹ ਜੇਦ ਹੁੰਦਾ ਸੀ ਉਹਦੂ ਬਿਲਕੁਲ ਨਹੀਂ ਸੀ ਗੱਲ ਮੰਨਦਾ ਹੁਣ ਆ ਕੇ ਗੱਲ ਮੰਨਣ ਲਗਾ ਕਿਉਂਕਿ ਹੁਣ 4 ਦਿਨ ਹੋ ਗਏ ਨੇ ਆਂਦੇ ਨੂੰ ਹੁਣ ਨਾਲ ਨਾਲ ਰਹਿੰਦਾ ਹੁਣ ਨਹੀਂ ਕਿਸੇ ਪਾਸੇ ਜਾਂਦਾ ਨਹੀਂ ਤੇ ਪਹਿਲਾਂ ਛੱਡੋ ਕਿੱਧਰ ਜਾਂਦਾ ਕਿੱਧਰ ਸੀ ਮੈਂ ਮੈਂ ਖੁਦ ਦੁੱਧ ਪਾਂਦਾ ਸੀ ਮੈਨੂੰ ਪੈ ਜਾਂਦਾ ਸੀ ਹੁਣ ਨਹੀਂ ਪੀਂਦਾ ਤੁਸੀਂ ਜਿਹੜੇ ਭਰਾ ਮੇਰੇ ਚੈਨਲ ਨੂੰ ਵੇਖਦੇ ਹੁੰਦੇ ਹੋ ਸਾਰੇ ਸਬਸਕ੍ਰਾਈਬ ਕਰਿਆ ਕਰੋ ਕਿਉਂਕਿ ਮੈਂ ਤੁਹਾਡੇ ਵਾਸਤੇ ਹੀ ਵਲੌਗ ਬਣਾਉਂਦਾ ਰਹਿੰਦਾ ਆ ਤੇ ਦਾ ਸਾਰਾ ਜੋ ਵੀ ਮੌਲ ਹੁੰਦਾ ਕੰਮ ਕਰਦਾ ਸਾਰਾ ਤੁਹਾਡੇ ਨਾਲ ਸ਼ੇਅਰ ਕਰਨਾ ਮੈਂ ਇਹਨੂੰ ਦੂਰ ਛੱਡ ਕੇ ਆਪ ਖੁਦ ਅੱਗੇ ਨਾ ਠਾਇਆ ਕਿਉਂਕਿ ਹੁਣ ਮੇਰੇ ਮਗਰ ਆਏਗਾ ਹਜੇ ਫਿਲਹਾਲ ਠੀਕ ਲੋ ਗਿਆ ਆਇਆ ਚਲਿਏ ਘਰ ਆ ਜਾ ਕਈ ਦਫਾ ਗੱਲ ਮੰਨ ਲੈਂਦਾ ਕਈ ਦਫਾ ਆਪਣੀ ਮਰਜ਼ੀ ਕਰਦਾ ਨਹੀਂ ਹੁੰਦਾ ਹੁਣ ਸਾਹਮਣੇ ਉਹ ਖਲੋ ਗਿਆ ਕਿਉਂਕਿ ਖਾਲ ਦੇ ਵਿੱਚ ਠੰਡਾ ਪਾਣੀ ਹੈ ਨਾ ਫਿਰ ਵਿੱਚ ਵੜ ਕੇ ਖਲੋ ਜਾਂਦਾ ਹੁਣ ਤਕਰੀਬਨ ਅੱਧਾ ਘੰਟਾ ਹੋ ਗਿਆ ਇਹਨੂੰ ਕਾਫੀ ਦੂਰ ਤੱਕ ਲੈ ਕੇ ਗਿਆ ਘੁਮਾ ਫਿਰਾ ਕੇ ਹੁਣ ਜਾ ਰਹੇ ਆ ਵਾਪਸ ਕਾਫੀ ਦੇਰ ਦੇ ਕੁਰਬਾਰ ਨਿਕਲੇ ਆ ਇਸ ਟਾਈਮ ਕਾਫੀ ਠੰਡਾ ਮੌਸਮ ਹੁੰਦਾ ਫਿਰ ਆਪਣੀ ਮਰਜ਼ੀ ਦੇ ਨਾਲ ਘੁੰਮਦਾ ਫਿਰਦਾ ਕਾਫੀ ਸਪੀਡ ਲਾ ਕੇ ਆਇਆ ਸਾ ਚੜ ਗਿਆ ਕਿਉਂਕਿ ਖੁਰਾਕ ਜ਼ਿਆਦਾ ਖਾਂਦਾ ਜ਼ਿਆਦਾ ਭੱਜ ਨਹੀਂ ਸਕਦਾ ਜਿਵੇਂ ਤੂੰ ਹੁਣ ਸਾ ਬੜਾ ਚੜ ਗਿਆ ਉਹਨੂੰ ਅਜਾ ਚੱਲੀਏ ਜੇ ਦੀ ਜਗਾ ਕਰ ਦਿੱਤੀ ਹੈ ਚੇਂਜ ਅੱਜ ਦਾ ਲਾਤਾ ਨਵੀਂ ਜਗਾ ਤੇ ਕਿਲਾ ਹੁਣ ਆਪਣੀ ਜਗਾ ਵੇਖ ਰਿਹਾ ਕਿ ਅੱਜ ਮੈਨੂੰ ਕਿਹੜੀ ਜਗਾ ਤੇ ਬੰਦ ਚੱਲ ਪਿੱਛੇ ਪਿੱਛੇ ਚੱਲ ਚੱਲ ਪਿੱਛੇ ਸ਼ਾਬਾਸ਼ ਚੱਲ ਪਿੱਛੇ चल पीछे जा पीछे चल उधर चल किले को चल चल पर चल चल पीछे फेरलाल उन उधर ज्यादा कुत्ते दिख रहे ने ते जा नहीं रिया अपनी हवेली ਦੇ ਵਿੱਚ ਕਰਾਈ ਕਰਾ ਹੋਗੇ ਨੇ ਇੱਕ ਕਰਾਂ ਦਾ ਸੀ ਕਿਸੇ دوست ਦਾ ਕਿਉਂਕਿ ਜਿਹੜਾ ਕਰਾ ਬੈਕ ਵੀ ਮਿੱਟੀ ਖਿੱਚਦਾ ਹੈ ਤੇ ਅਗਲੀ ਸਾਈਡ ਤੋਂ ਵੀ ਮਿੱਟੀ ਖਿੱਚਦਾ ਕਿਉਂਕਿ ਇਹਦੇ ਡਬਲ ਚੀਜ਼ਾਂ ਲੱਗੀਆਂ ਨੇ ਡਬਲ ਸਿਸਟਮ ਲੱਗਾ ਅਗਰ ਬੈਕ ਮਿੱਟੀ ਸੁਟਣੀ ਹੋਵੇ ਤੇ ਇਧਰੋਂ ਪਾ ਕੇ ਇਧਰ ਮਿੱਟੀ ਬੈਕ ਸੁਟੇਗਾ ਜੇ ਅਗਲੀ ਸਾਈਡ ਤੇ ਆ ਮਿੱਟੀ ਖਿੱਚਣੀ ਹੋਵੇ ਫੇਰ ਆ ਅਗਲੀ ਸਾਈਡ ਤੇ ਪਾ ਕੇ ਇਹਨੂੰ ਟਰੈਕਟਰ ਨੂੰ ਫੇਰ ਇਧਰ ਜ਼ਿਆਦਾ ਮਿੱਟੀ ਖਿੱਚੇਗਾ ਤੇ ਆ ਜਿਹੜਾ ਆਪਣਾ ਕਰਾ ਇਹ ਤਾਂ ਮਾਸ਼ਾਅੱਲਾ ਵੱਡਾ ਕਰਾ ਹੈ ਬੜੀ ਮਿੱਟੀ ਖਿੱਚਦਾ 85 ਟਰੈਕਟਰ ਵਾਲਾ ਵੱਡਾ ਕਰਾ ਹੈ ਮਾਸ਼ਾਅੱਲਾ ਮੱਜਾ ਵੀ ਪੱਠੇ ਛੱਠੇ ਖਾ ਕੇ ਤੇ ਰਾਜ ਕਿਤੇ ਹੋਣ ਗਈਆਂ ਨੇ ਖਲੋ ਬੈਂਸ ਕਹਿ ਰਹੀ ਮੇਰੀ ਵੀ ਵੀਡੀਓ ਬਣਾ ਆ ਗਾਈ ਬਿਲਕੁਲ ਨਹੀਂ ਚੰਗੀ ਇਹ ਸਾਰਾ ਦਿਨ ਬੜਾ ਜ਼ਲੀਲ ਕਰਦੀ ਹੈ ਇਹਨੂੰ ਜਦੋਂ ਪਾਣੀ ਡਾਣ ਖੜੋ ਉਹ ਨੱਟ ਜਾਂਦੀ ਸਪੀਟਾਂ ਮਾਰ ਜਾਂਦੀ ਹੈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਬੜੀਆਂ ਸਪੀਟਾਂ ਮਾਰਦੀ ਹੈ ਫਿਰ ਫਿਰ ਫੜੀ ਨਹੀਂ ਜਾਂਦੀ ਬੜੀ ਤੇਜ਼ ਹੈ ਉਹ ਬੜੀ ਤੇਜ਼ ਹੈ ਤੇ ਇਹ ਛੋਟਾ ਕੱਟੂ ਜਿਹੜਾ ਟਰਨੂ ਆਵਾਜ਼ ਆ ਰਿਹਾ ਇਹ ਟਰਨ ਨੇ ਤੋਂ ਤੰਗ ਹੈ ਕਿਉਂਕਿ ਇਹ ਵਿਚਾਰਾ ਵੀ ਛੋਟਾ ਬੱਚਾ ਹੈ ਇਸ ਲਈ ਖਾ ਲੋ ਗਾਜ਼ ਛੋਟੇ ਖਾ ਲੋ ਸ਼ਾਬਾਸ਼ ਪੱਠੇ ਛੱਟੇ ਖਾ ਕੇ ਰੱਜ ਕੇ ਜਵਾਨ ਖਲੋਤਾ ਚੱਲ ਉਠ ਉਠ ਕੁੱਤੇ ਨੂੰ ਉੱਧਰ ਕੋਈ ਚੀਜ਼ ਦੇ ਸਰੀਏ ਤੇ ਬੜਾ ਪੂੰਕੀ ਜਾ ਰਿਹਾ ਬਾਰ-ਬਾਰ ਹੁਣ ਮੈਂ ਜਾ ਰਿਹਾ ਤੇ ਮੇਰੇ ਵੱਲ ਦੇਖ ਰਿਹਾ ਉਹਨੂੰ ਪਤਾ ਮੈਨੂੰ ਕੋਈ ਚੀਜ਼ ਲੈ ਕੇ ਆ ਰਿਹਾ ਮੇਰੇ ਵਾਸਤੇ ਹਜੇ ਤੈਨੂੰ ਦੁੱਧ ਨਹੀਂ ਪਾਣਾ ਹਜੇ ਤੈਨੂੰ ਦੇਰ ਹੈ ਤਕਰੀਬਨ ਅੱਧਾ ਘੰਟਾ ਅੱਗੇ ਤੇਨੋਂ ਅੱਧਾ ਘੰਟਾ ਦੇਰ ਹੈ ਚੱਲ ਪਿੱਛੇ ਪਿੱਛੇ ਚੱਲ ਉਹ ਸਾਹਮਣੇ ਗਾਈਆਂ ਨੇ ਤੇ ਗਾਈਆਂ ਨੂੰ ਪੈ ਰਿਆ ਹਣ ਲਾਹ 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 ਤਕਰੀਬਨ ਅੱਧਾ ਘੰਟਾ ਗੁਜ਼ਰਨੇ ਤੋਂ ਬਾਅਦ ਹੋਣਾ ਆ ਗਿਆ ਇਹਦਾ ਖਾਣੇ ਪੀਣੇ ਦਾ ਟਾਈਮ ਹੁਣ ਇਹਨੂੰ ਲਿਆ ਕੇ ਪਾਣੇ ਆ ਦੁੱਧ ਤੇ ਰੋਟੀ ਐ ਦਾ ਦਾਬੜਾ ਜਿਹਦੇ ਵਿੱਚ ਇਹਨੇ ਪੀਣਾ ਦੁੱਧ ਹੁਣ ਵੇਖ ਕੇ ਮਾਰ ਰਿਹਾ ਛਾਲਾਂ ਹਜੇ ਖਾਲੀ ਹੈ ਜਿਹਦੇ ਵਿੱਚ ਕੋਈ ਚੀਜ਼ ਨਹੀਂ ਸਬਰ ਕਰ ਤੇਰੇ ਵਾਸਤੇ ਲੈ ਕੇ ਉਹਨਾਂ ਦੁੱਧ ਕੁੱਤੇ ਵਾਸਤੇ ਹੁਣ ਆ ਗਿਆ ਦੁੱਧ ਤਕਰੀਬਨ 1 ਕਿਲੋ ਦੁੱਧ ਤੇ 1 ਕਿਲੋ ਪਾਣੀ 2 ਕਿਲੋ ਬਨ ਗਈ ਇਹਦੀ ਖੁਰਾਕ ਸਵੇਰ ਨੂੰ ਇਹ ਖੁਰਾਕ ਇਹਦੀ ਤੇ ਸ਼ਾਮ ਨੂੰ ਵਿੱਚ ਦੋ ਰੋਟੀਆਂ ਚੂਰ ਕੇ ਚੱਲ ਪਿੱਛੇ ਪਿੱਛੇ ਜਲ ਐਵੇਂ ਨਹੀਂ ਮਿਲਣੀ ਜੇ ਤੂੰ ਅੱਗੇ ਹੋਣਾ ਤੇ ਚੱਲ ਪਿੱਛੇ ਪਿੱਛੇ ਨਹੀਂ ਜਾਣਾ ਤੇ ਫਿਰ ਕੁਝ ਨਹੀਂ ਮਿਲਣਾ ਤੈਨੂੰ ਹੋ ਗਿਆ ਪਿੱਛੇ ਖਲੋ ਗਿਆ ਦੂਰ ਇਹਨੂੰ ਰੋਟੀ ਪਾਵਾਂਗਾ ਤੇ ਇਹਨੇ ਕੋਲ ਹੋਣਾ ਨਹੀਂ ਤੇ ਨਹੀਂ ਹੋਣਾ ਚੱਲ ਆ ਜਾ ਖਾ ਲੈ ਆ ਜਾ अलहमद लीला जेडे अपने काम करने से सारे काम कंप्लीट करके फ्री हो गया भाई देने मजाक लगा से थोड़ी देर और ना कैमरे तो थोड़ा जर्मांदा कैमरे के सामने नहीं आता तो झट मजाक शुक्ला मजाक जिन्हें तुम मेरे चैनल सबसक्राइब नहीं किया जल्दी जल्दी सबसक्राइब कर लो अज की वीडियो कॉल करते हैं इधर एंड तब तक के लिए अल्लाह हाफिजार